ਹੁਣ ਤੁਹਾਨੂੰ ਅਸੀਂ ਜੋ ਕੁਝ ਵਿਖਾਉਣ ਜਾ ਰਹੇ ਹਾਂ ਸ਼ਾਇਦ ਉਸ ਤੋਂ ਬਾਅਦ ਤੁਹਾਡਾ ਪੰਜਾਬ ਪੁਲਿਸ ਪ੍ਰਤੀ ਸੋਚਣ ਦਾ ਰਵੱਈਆ ਹੀ ਬਦਲ ਜਾਵੇ। ਇਹ ਫਾਰਮਸਿਸਟ ਆਪਣੀਆਂ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਨੂੰ ਜਗਾਉਣ ਲਈ ਸ਼ਾਂਤੀਪੂਰਵਕ ਮਾਰਚ ਕਰਨ ਇੱਥੇ ਪੁੱਜਿਆ, ਪਰ ਲੱਗਦਾ ਹੈ ਪੰਜਾਬ ਪੁਲਿਸ ਨੂੰ ਇਹ ਗਵਾਰਾ ਨਹੀਂ ਸੀ। ਇਸ ਦੇ ਚੱਲਦਿਆਂ ਉਹਨਾਂ ਨੇ ਡਾਂਗਾ ਫੜਾਈਆਂ ਤੇ ਨਾਲ ਹੀ ਇਸ ਸਿੱਖ ਨੌਜਵਾਨ ਦੀ ਪੱਗ ਵੀ ਲਾਹੀ, ਜੋ ਕਿ ਸ਼ਰਿਆਮ ਸਿੱਖੀ ਦੇ ਚਿੰਨ ਪਗੜੀ ਦੀ ਬੇਅਦਬੀ ਹੈ। आओ एक बार फिर दिखाते हैं कि किस तरह इस सिख नौजवान की पग लाही गई और इसनु शरिया बेइज्जत किया गया। ते हुण तुहानू दस दें इस पुलिस अधिकारी बारे जिसने इस सिख नौजवान की पग लाही है। पंजाब पुलिस के थाना मोहाली के फेस वन विच बतौर SHO वजो अपना काम करने वाले इस पुलिसकर्मी का नाम है कुलभूषण। शायद SHO कुलभूषण जी ये भुल गए ने कि सिख धर्म विच पगड़ी दी कितनी को अहमियत होंदी है। SHO कुलभूषण दी इस करतूत राही सिखां दीआं भावनां नूं कितनी ठेस पहुंची है इसका कोई अंदाजा भी नहीं ला सकता। आओ एक बार फिर तुहानूं विखाउंदे आं कि एक सिख सीनियर अफसर दे सामने एक पुलिस वल्लों किस तरह सिख नौजवान दी पग ला के उस नाल बदसलूकी की गई। ਹੁਣ ਲੋੜ ਹੈ ਸੁੱਤੀ ਪਈ ਅਕਾਲੀ ਭਾਜਪਾ ਸਰਕਾਰ ਨੂੰ ਜਗਾਉਣ ਦੀ, ਤਾਂ ਕਿ ਇਸ ASI ਨੂੰ ਤੁਰੰਤ ਬਰਖਾਸਤ ਕਰਦਿਆਂ ਹੋਇਆਂ ਅਜਿਹੀ ਸਜ਼ਾ ਦਿੱਤੀ ਜਾਵੇ ਤਾਂ ਜੋ ਮੁੜ ਤੋਂ ਕਦੇ ਵੀ ਕੋਈ ਵੀ ਪੁਲਿਸ ਅਧਿਕਾਰੀ ਅਜਿਹੀ ਹਰਕਤ ਕਰਨ ਦੀ ਜ਼ਰੂਰਤ ਨਾ ਕਰੇ। ਨਿਊਜ਼ ਡੈਸਕ ਤੋਂ ਹਰਿੰਦਰ ਤਿਵਾਣਾ, ਮੋਹਾਲੀ ਤੋਂ ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ TV।